ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਠੂਆ ਕਾਂਡ ਦੇ ਰੋਸ ਵਜੋਂ ਕੇਂਦਰ ਸਰਕਾਰ ਅਤੇ ਆਰਐਸਐਸ ਦੇ ਖਿਲਾਫ ਸੜਕੀ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਰਾਸ਼ਟਰਪਤੀ ਦੇ ਨਾਮ ਏਡੀਸੀ ਫਤਿਹਗੜ੍ਹ ਸਾਹਿਬ ਆਨੰਦ ਸਾਗਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਅੱਜ ਜਿਹੜਾ ਸਾਨੂੰ ਰੋੜਾਂ ਤੇ ਰੋਜ਼ ਮੁਜ਼ਾਹਰੇ ਕਰਨੇ ਪਏ ਆ ਆਸ ਪਾਸ ਦੇ ਹੱਕ ਦੇ ਵਿੱਚ, ਜਿਹੜੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ, ਉਹਨੂੰ ਫਿਰ ਬਲਾਤਕਾਰ ਕੇ ਉਹਨੂੰ ਜਾਨੋਂ ਵੀ ਮਾਰਿਆ ਗਿਆ। ਇਹ ਮੈਂ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਬੇਨਤੀ ਕਰਦਾ, ਤੁਸੀਂ ਕਹਿੰਦੇ ਆ ਵੀ ਬੇਟੀ ਬਚਾਓ ਬੇਟੀ ਪੜ੍ਹਾਓ, ਅੱਜ ਐਡੇ ਐਡੇ ਜ਼ੁਲਮ ਹੋ ਰਹੇ ਆ, ਅੱਜ ਧੀਆਂ ਦੀ ਕੀ ਨਹੀਂ ਰੱਖਿਆ ਕੀਤੀ ਜਾਂਦੀ। ਮੈਂ ਸਾਰੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਬੇਨਤੀ ਕਰਦਾ, ਉਹ ਜ਼ੁਲਮੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਵਾ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜੀ 80 ਬੱਚੇ 'ਤੇ ਜ਼ੁਲਮ ਹੋਇਆ, ਉਹਦੇ ਖਿਲਾਫ ਰੋਸ ਮਾਰਚ ਕੀਤਾ ਕਿ ਉਹਨਾਂ ਨੂੰ, ਜਿਹਨਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਅਤੇ ਜਿਹੜੀ ਮੋਦੀ ਹਕੂਮਤ ਹੈ, ਇਹ ਸਾਰੀ ਫੇਲ ਹੋਈ ਹੈ ਸਾਡੇ ਬੱਚੇ ਬੱਚਿਆਂ ਦੀ ਜਿਹੜੀ ਹਿਫਾਜ਼ਤ ਤੋਂ। ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਇਹ ਬੱਚੀ ਜੰਮਣ 'ਤੇ ਸਾਨੂੰ 50,000 ਰੁਪਈਏ ਦੀ ਵਾਅਦਾ ਕਰਦੇ ਵੀ ਦੇਵਾਂਗੇ ਜਾਂ ਪੋਲਿਸੀ ਬਣਦੀ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਕਹਿੰਦੇ ਪੋਲਿਸੀ ਨਾ ਦਿਓ ਤਾਂ ਇਹਨਾਂ ਨੂੰ ਸਿਰਫ ਲਾਇਸੈਂਸੀ ਅਸਲਾ ਦੇ ਦਿਓ, ਕਿਉਂ ਕਰਕੇ ਹੁਣ ਇਹ ਬੱਚਿਆਂ ਦੀ ਸੁਰੱਖਿਆ ਇਹ ਗੌਰਮੈਂਟ ਸਰਕਾਰਾਂ ਨਹੀਂ ਕਰ ਸਕਦੇ। ਇਸ ਲਈ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਜ਼ਿਲ੍ਹਿਆਂ ਦੇ ਅੰਦਰ ਇਹਨਾਂ ਦੇ ਕੈਂਪ ਲੱਗਣੇ ਚਾਹੀਦੇ ਕੁੜੀਆਂ ਦੇ, ਅਤੇ ਇਹਨਾਂ ਨੂੰ ਸ਼ੂਟਿੰਗ ਟ੍ਰੇਨਿੰਗਾਂ ਦੇਣੀਆਂ ਚਾਹੀਦੀਆਂ, ਬੋਕਸਿੰਗ ਅਤੇ ਜੁਡੋ ਕਰਾਟੇ ਸਾਰਾ ਕੁਝ ਇਹਨਾਂ ਲਈ ਸਪੈਸ਼ਲ ਬੱਚਿਆਂ ਲਈ ਹੋਣੇ ਚਾਹੀਦੇ, ਤਾਂ ਕਿ ਇਹ ਆਪਣਾ ਜਿਹੜਾ ਹੋ ਰਿਹਾ ਜ਼ੁਲਮ ਹੈ ਉਹਦਾ ਇਹ ਟਾਕਰਾ ਕਰ ਸਕਣ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇਹ ਨੌਜਵਾਨ ਯੂਨੀਵਰਸਿਟੀ ਕਾਲਜਾਂ ਦੇ ਬੱਚੇ ਅਤੇ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਸਾਰੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਜੋ 8 ਸਾਲ ਦਾ ਬੱਚੀ ਆਸਫਾ ਨਾਲ ਇਹਨਾਂ ਹਿੰਦੂਆਂ ਨੇ ਜਬਰ ਜਨਾਹ ਕਰਦੇ ਉਸਨੂੰ ਮੌਤ ਦੇ ਮੂੰਹ 'ਚ ਕੁੱਤੀ ਦਿੱਤਾ ਹੈ, ਇਹ ਅਤੇ ਸ਼ਰਮਿੰਦਗੀ ਅਤੇ ਦਰਮਿੰਦਗੀ ਵਾਲੀ ਗੱਲ, ਕਿਹੜੀ ਕਾਰਵਾਈ ਹੈ ਉਸਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਤੇ ਕਾਤਲਾਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੇ ਵਿਰੁੱਧ ਅਸੀਂ ਮੈਂਬਰਾਂ ਨਾਲ ਡੀ ਸੀ ਸਾਹਿਬ ਨੂੰ, ਆਪਣੇ ਪ੍ਰੈਜੀਡੈਂਟ ਗਵਰਨਮੈਂਟ ਆਫ ਇੰਡੀਆ ਦੇ ਨਾਲ ਅਸੀਂ ਇਸ ਅਮੈਂਡਮੈਂਟ ਦੇਣ ਜਾ ਰਹੇ ਹਾਂ। ਇਹ ਸਾਰੇ ਬੱਚੇ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਤਾਂ ਕਿ ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ ਵੀ ਅਸੀਂ ਅਜਿਹੀਆਂ ਜਿਹੜੀਆਂ ਜਾਤੀਆਂ ਜਬਰ ਜ਼ੁਲਮ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅੱਜ ਦਾ ਜਿਹੜਾ ਸਾਡਾ ਇਹ ਮਕਸਦ ਹੈ।